ਕਹਿੰਦੇ ਨੇ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਹਨ। ਜੀ ਬਿਲਕੁਲ, ਇਸੇ ਤਰ੍ਹਾਂ ਦੀ ਇੱਕ ਜੋੜੀ ਹੈ ਬਾਲੀਵੁੱਡ ਵਿੱਚ। ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਵਰਗੀ ਜੋੜੀ ਬਾਲੀਵੁੱਡ 'ਚ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਦੋਵਾਂ ਨੇ ਬੀਤੇ ਦਿਨੀ ਆਪਣੇ ਵਿਆਹ ਦੀ 28ਵੀਂ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ। ਉਹਨਾਂ ਦੇ ਪਿਆਰ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਦੋਵਾਂ ਨੇ ਇੱਕ ਦੂਜੇ ਨੂੰ ਪਾਉਣ ਲਈ ਕਾਫ਼ੀ ਪਾਪੜ ਵੇਲੇ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇੱਕ ਦੋਸਤ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ ਸਿਰਫ 18 ਸਾਲ ਦੇ ਸਨ। ਇਸ ਪਾਰਟੀ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਨੂੰ ਡਾਂਸ ਕਰਨ ਲਈ ਪੁੱਛਿਆ। ਪਹਿਲਾਂ ਤਾਂ ਉਹ ਸ਼ਰਮਾਈ ਕਿਉਂਕਿ ਗੌਰੀ ਖਾਨ ਦਾ ਭਰਾ ਵੀ ਉਸ ਪਾਰਟੀ 'ਚ ਮੌਜੂਦ ਸੀ, ਪਰ ਦੁਬਾਰਾ ਪੁੱਛਣ 'ਤੇ ਗੌਰੀ ਨੇ ਡਾਂਸ ਲਈ ਹਾਂ ਕਹਿ ਦਿੱਤੀ। ਇੱਥੇ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਇੱਕ ਵਾਰ ਗੌਰੀ ਸ਼ਾਹਰੁਖ ਖਾਨ ਦੇ ਘਰ ਆਪਣਾ ਜਨਮ ਦਿਨ ਮਨਾ ਰਹੀ ਸੀ ਤਾਂ ਅਚਾਨਕ ਦੋਸਤਾਂ ਨਾਲ ਕਿਤੇ ਘੁੰਮਣ ਚਲੀ ਗਈ। ਉਸ ਸਮੇਂ ਸ਼ਾਹਰੁਖ ਨੂੰ ਪਤਾ ਚੱਲਿਆ ਕਿ ਉਹ ਗੌਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਆਪਣੀ ਮਾਂ ਦੇ ਕਾਫ਼ੀ ਕਰੀਬ ਸਨ। ਉਹਨਾਂ ਨੇ ਇਹ ਗੱਲ ਆਪਣੀ ਮਾਂ ਨਾਲ ਸ਼ੇਅਰ ਕੀਤੀ ਅਤੇ ਉਹਨਾਂ ਦੀ ਮਾਂ ਨੇ ਸ਼ਾਹਰੁਖ ਨੂੰ 10,000 ਰੁਪਏ ਦਿੱਤੇ ਅਤੇ ਗੌਰੀ ਨੂੰ ਲੱਭਣ ਲਈ ਕਿਹਾ। ਸ਼ਾਹਰੁਖ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗੌਰੀ ਨੂੰ ਲੱਭਣ ਲਈ ਗਏ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਗੌਰੀ ਉਹਨਾਂ ਨੂੰ ਇੱਕ ਬੀਚ 'ਤੇ ਮਿਲੀ। ਦੋਵਾਂ ਨੇ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਪਿਆਰ ਹੋ ਗਿਆ। ਉਸ ਸਮੇਂ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ, ਪਰ ਇਹ ਸੌਖਾ ਨਹੀਂ ਸੀ। ਦੋਵਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿੱਕਾ ਦੋਵਾਂ ਦੇ ਧਰਮ ਅਲੱਗ ਅਲੱਗ ਹੋਣਾ ਸੀ। ਸ਼ਾਹਰੁਖ ਖਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ ਸੀ। ਗੌਰੀ ਦੇ ਮਾਤਾ ਪਿਤਾ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫਿਲਮਾਂ 'ਚ ਆਉਣ ਲਈ ਵੀ ਸਟਰਗਲ ਕਰ ਰਹੇ ਸਨ। ਸ਼ਾਹਰੁਖ ਖਾਨ ਨੇ ਗੌਰੀ ਦੇ ਮਾਤਾ ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ। ਉਹਨਾਂ ਆਪਣਾ ਨਾਮ ਤੱਕ ਬਦਲ ਲਿਆ ਸੀ, ਪਰ ਆਖਿਰਕਾਰ ਗੌਰੀ ਦੇ ਮਾਤਾ ਪਿਤਾ ਮੰਨ ਗਏ ਅਤੇ 25 ਅਕਤੂਬਰ 1991 ਨੂੰ ਦੋਵਾਂ ਦਾ ਵਿਆਹ ਹੋ ਗਿਆ। ਸੋ ਤੁਹਾਨੂੰ ਇਹਨਾਂ ਦੀ ਜੋੜੀ ਕਿਵੇਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਜੁੜੇ ਰਹੋ ਸਾਡੇ ਚੈਨਲ ਸਟਾਰ ਕੈਨੇਡਾ ਟੀਵੀ ਦੇ ਨਾਲ।